ਨੇ ਵੀ ਜਿਹੜੇ ਡਾਈਟ ਕਰ ਰਹੇ ਹਨ ਉਹਨਾਂ ਦੇ ਲਈ ਸਭ ਤੋਂ ਔਖਾ ਕੰਮ ਹੈ ਸਵੇਰੇ ਸਵੇਰੇ ਉੱਠ ਕੇ ਆ ਸੋਚਣਾ ਕੀ ਹੁਣ ਬ੍ਰੇਕਫਾਸਟ ਖਾਦਾ ਜਾਵੇ ਜਿਹੜਾ ਕੈਲਰੀਸ 'ਚ ਵੀ ਘੱਟ ਹੋਵੇ ਪ੍ਰੋਟੀਨ 'ਚ ਵੀ ਹਾਈ ਹੋਵੇ ਤੇ ਬਣ ਵੀ फटाफट ਜਾਵੇ ਦੈਨ ਟਰਾਏ ਥਿਸ ਚਿਕਨ ਪੀਟਾ ਰੈਪ ਇਨ ਬਣਾਉਣ 'ਚ ਲੱਗਣੇ ਸਾਰੇ ਆਪਣੇ 10 ਮਿੰਟ ਜੇ ਕੈਲਰੀਸ ਦੀ ਗੱਲ ਕਰੀਏ ਈਚ ਰੈਪ ਗੋਣਾ ਗਿਵ ਯੂ 330 ਕੈਲਰੀ ਤੇ 33.6 ਗ੍ਰਾਮ ਪ੍ਰੋਟੀਨ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਇਨਟੂ ਦ ਰੈਸਿਪੀ रेसिपी ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਬੋਲ ਦੇ ਵਿੱਚ 50 ਗ੍ਰਾਮ ਸ਼੍ਰੈਡੀ ਚਿਕਨ ਪਾਵਾਂਗੇ ਉਸ ਤੋਂ ਬਾਅਦ ਹਾਫ ਸਬ ਆਪਾਂ ਗ੍ਰੀਕ ਯੋਗਰਟ ਜਨ ਕਿ 75 ਗ੍ਰਾਮ ਗ੍ਰੀਕ ਯੋਗਰਟ ਜਿਹੜੀ ਬਚੀ ਹਾਫ ਸਬ ਉਹ ਬਾਚੋ ਆਪਾਂ ਐਜ਼ ਅ ਡਿਪਿੰਗ ਯੂਜ਼ ਕਰਾਂਗੇ ਹੁਣ 20 ਗ੍ਰਾਮ ਰੈਡ ਹੌਟ ਚਿਲੀ ਸੌਸ ਹੈਂਡਫੁਲ ਆਫ ਸਪਿਨਿਚ ਇੱਕ ਟਮਾਟਰ ਥੋੜਾ ਜਿਹਾ ਡਰਾਇ ਮਿੰਟ ਲੋਨ ਕਾਲੀ ਵਿੱਚ ਕਰਮ ਮਸਾਲਾ ਪਾ ਕੇ ਸਾਰੀ ਚੀਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੁਹਾਡੀ ਫਿਲਿੰਗ ਤਿਆਰ ਹੋ ਗਈ ਹੁਣ ਆਪਾਂ ਇੱਕ ਪੀਟਾ ਬ੍ਰੈਡ ਲਵਾਂਗੇ ਇਹ ਮੈਂ ਵੂਲਵਰਥ ਤੋਂ ਲੈ ਕੇ ਆਇਆ ਸੀ ਇਹਦੀ ਈਚ ਸਰਵ ਦੇ ਵਿੱਚ 86 ਕੈਲਰੀ ਤੇ 3.2 ਗ੍ਰਾਮ ਪ੍ਰੋਟੀਨ ਹੈ ਇਹਨੂੰ ਓਪਨ ਕਰ ਲਾਂਗੇ ਜਿਵੇਂ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਫਿਲਿੰਗ ਨੂੰ ਇਹਦੇ ਵਿੱਚ ਐਡ ਕਰਾਂਗੇ ਉੱਤੇ ਉੱਤੋਂ 15 ਗ੍ਰਾਮ ਲਾਈਟ 치ਜ਼ ਨੂੰ ਸਪ੍ਰਿੰਕਲ ਕਰਾਂਗੇ ਤੇ ਤਵੇ ਤੇ ਦੋਨਾਂ ਪਾਸੇ ਦੋ-ਦੋ ਮਿੰਟ ਸੇਕ ਲਾਂਗੇ ਤੁਹਾਡਾ ਚਿਕਨ ਪੀਟਾ ਰੈਪ ਰੈਡੀ ਹੈ ਆਪਣੇ ਆਪ ਨੂੰ ਸਰਵ ਕਰਾਂਗੇ ਹੋਪ ਯੂ ਲਾਈਕ ਦਾ ਵੀਡੀਓ ਪਲੀਜ਼ ਲੀਵ ਅ ਕਮੈਂਟ ਫਾਰ ਮੀ ਇਫ ਯੂ ਨੀ